ਇਨ ਐਕਸ਼ਨ ਦੇ ਵਿੱਚ ਨਵਜੋਤ ਸਿੱਧੂ ਸਾਰਿਆਂ ਸਾਹਮਣੇ ਡੀਐਸਪੀ ਨੂੰ ਲਾਇਆ ਫੋਨ ਤੇ ਫਿਰ ਦੇਖੋ ਕੀ ਹੋਇਆ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਪੁੱਲ ਉਸ ਵੇਲੇ ਦੀ ਵੱਡੀ ਖਬਰ ਨਵਜੋਤ ਸਿੱਧੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਤੁਹਾਨੂੰ ਦੱਸ ਦਈਏ ਕਿ ਐਕਸ਼ਨ ਦੇ ਵਿੱਚ ਨਵਜੋਤ ਸਿੱਧੂ ਨੇ ਸਾਰਿਆਂ ਦੇ ਸਾਹਮਣੇ ਹੀ ਡੀਐਸਪੀ ਨੂੰ ਫੋਨ ਲਾਇਆ ਇਸਦੇ ਚਲਦਿਆ ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਇਸ ਬੰਦੇ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਹੈ ਰੋਡਾਂ ਤੇ ਵੀ ਪੈਰੀਆਂ ਨੇ ਤੇ ਐਫਆਈਆਰ 34 ਨੰਬਰ ਹੈ 118 ਨੰਬਰ ਹੈ ਜੇਕਰ ਤੁਸੀਂ ਦੇਖੋਗੇ ਮੈਂ ਟਵਿੱਟਰ ਤੇ ਦੋ ਦਿਨ ਪਹਿਲਾਂ ਪੋਸਟ ਪਾਈ ਸੀ ਕਿ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਹੈ ਤਿੰਨ ਚਾਰ ਰੂਜਾ ਪੈਗੇ ਹਨ ਸੋ ਇੰਨੇ ਦਿਨਾਂ ਦਾ ਇਹ ਬੰਦਾ ਸੀਰੀਅਸ ਉਸ ਨੂੰ ਮੋਹਾਲੀ ਲੈ ਕੇ ਗਏ ਨੇ ਉਸ ਨੂੰ ਪੀਜੀਆ ਸ਼ਿਫਟ ਕਰਨ ਲਈ ਸੋਚ ਰਹੇ ਨੇ ਤਿੰਨ ਚਾਰ ਰੌਡਾਂ ਪਈਆਂ ਨੇ ਜੋ ਨਮਾਇੰਦੇ ਹਨ ਉਹਨਾਂ ਦੇ 8-8 ਐਫਆਈਆਰ ਦਰਜ ਹਨ ਘੱਟੋ ਘਾਟ ਤਾਨੂੰ ਕਿਸੇ ਨੂੰ ਤਾਂ ਜ਼ਰੂਰ ਫੜਨਾ ਚਾਹੀਦਾ ਸੱਤ ਬੰਦਿਆਂ ਉੱਪਰ ਪਰਚਾ ਦਰਜ ਉਹਨਾਂ ਵਿੱਚੋਂ ਸਿਰਫ ਦੋ ਬੰਦੇ ਹੀ ਫੜੇ ਗਏ ਹਨ ਜੇਕਰ ਤੁਸੀਂ ਉਹਨਾਂ ਬੰਦਿਆਂ ਨੂੰ ਦੋ ਤਿੰਨ ਦਿਨਾਂ ਵਿੱਚ ਫੜ ਲਵੋਗੇ ਤਾਂ ਬਹੁਤ ਵਧੀਆ ਗੱਲ ਹੈ ਇੰਡੀਕੇਸ਼ਨ ਦੀ ਵੀ ਕੋਈ ਲੋੜ ਨਹੀਂ ਹੈ ਤੁਸੀਂ ਦੇਖੋ ਤਾਂ ਸਭ ਕਲੀਅਰ ਹੈ ਕੁਝ ਦਿਖ ਸਭ ਕੁਝ ਦਿਖਾਈ ਦੇ ਰਿਹਾ ਮੁੰਡਾ ਮੋਟਰਸਾਈਕਲ 'ਤੇ ਆ ਰਿਹਾ ਸੀ ਮੰਡੀ ਆਉਂਦੇ ਹੀ ਸਿਰ ਡਾਂਗ ਮਾਰੀ ਬਾਕੀ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਜੀ ਚੈਨਲ ਤੇ ਪਾਈ ਵੱਡੀ ਵੀਡੀਓ ਨੂੰ ਚੈੱਕ ਕਰੋ ਧੰਨਵਾਦ